بسم الله الرحمن الرحیم، السلام علیکم ناظرین، کی حال ہے جناب؟ ٹھیک ہو، راضی ہو؟ امید کرتے ہیں بھی سارے خیریت سے ہوں گے جناب. نماز پڑھ کے فارغ ہوں گا جناب، اسی گاؤں آئے ہوئے سی اج اپنے بھائی چھوٹے دے گھر چیچا وطنی والی سائڈ کسوال، تے اج دی ویڈیو بنا رہے ہیں جناب گاؤں دی، تے میں کہا جناب ناظرین نال بھی شیئر کیتی جاوے تاکہ انجوائمنٹ ہو سکے. اج دی ویڈیو ویکھو جناب، پنڈ دی بہترین ماحول، پرسکون ماحول، زبردست ماحول، صبح صبح دا ویو بہت ہی زبردست. پنڈ دے وچ سرے سرے دا ویو جڑا نا او تانوں دکھا رہے ہاں اج، تے آؤ چل چلدے ہاں، تسی وی دیکھو تے میں وی دیکھدا جناب. ਇਹ ਦੇਖੋ ਜੀ, ਮਕਈ ਲੱਗੀ ਹੋਈ ਹੈ, ਉਹ ਪਿੰਡ ਦੇ ਘਰ ਨੇ ਜਨਾਬ. ਗਾਓਂ ਇਹ ਗਾਓਂ ਤੋਂ ਥੋੜ੍ਹਾ ਜਿਹਾ ਪਿੰਡ ਤੋਂ ਬਾਹਰ ਬਾਹਰ ਹੈ ਡੇਰਾ ਇਹਨਾਂ ਦਾ, ਜਿੱਥੇ ਰਹਿੰਦੇ ਨੇ ਬਾਈ ਹੋਰੀ. ਸਰਸਬਜ਼ੋ ਸ਼ਾਦਾਬ ਇਲਾਕਾ, ਪੁਰਸਕੂਨ ਮਾਹੌਲ, ਸਵੇਰੇ ਸਵੇਰੇ ਦਾ ਵਿਊ, ਪਰਿੰਦੇ ਚਹਿਚਹਾ ਰਹੇ ਨੇ ਜਨਾਬ, ਕੋਇਲ ਬੋਲ ਰਹੀ ਹੈ. چڑیوں کو چہچہانا، ویسے تو یہ اگست کا مہینہ ہی ہے، ختم ہی ہو گیا تقریباً، لیکن تریل پانی شروع ہو گیا. دیکھو جوتا شبنم، ਇਹ ਦਰਬਾਰ ਨਜ਼ਰ ਆ ਰਿਹਾ ਬਾਈ ਜਿੱਥੇ ਰਹਿ ਰਿਹਾ. ਅੱਛਾ ਇੱਕ ਗੱਲ ਹੈਗੀ ਹੈ ਜਨਾਬ, ਜਿਹੜਾ ਪਿੰਡ ਦਾ ਮਾਹੌਲ ਨਾ ਗਾਓਂ ਦਾ, ਉਹ ਆਪਣਾ ਹੀ ਮਾਹੌਲ ਆ. ਜਿਹੜੀ ਜ਼ਿੰਦਗੀ ਨਾ, ਬਹੁਤ ਜ਼ਬਰਦਸਤ ਔਰ ਪੁਰਸਕੂਨ ਜ਼ਿੰਦਗੀ ਹੈ. ਸ਼ਹਿਰਾਂ 'ਚ ਤਾਂ ਬੰਦਾ ਨਾ ਰਹਿ ਰਹਿ ਕੇ ਅਤੇ ਆਲੂਦਾ ਮਾਹੌਲ 'ਚ ਤਾਂ ਬਸ ਹਵਾਦਾਰ ਹੋ ਜਾਂਦਾ. ਇਹ ਦੇਖੋ ਦਰਖਤ, ਇਹ ਤੂਤ ਦਾ ਦਰਖਤ ਹੈ. ਇਹ ਪਤਾ ਨਹੀਂ ਕਾਹਦਾ ਹੈ, ਆਹ ਤਾਂ ਤੂਤ ਦਾ ਅਨਾਰ ਬਾਂਸ ਹੈਗਾ. ਕੇਲਾ, ਆਹ ਕੇਲਿਆਂ ਦੇ ਦਰਖਤ ਲੱਗੇ ਹੋਏ ਨੇ. ਟਾਲੀ ਤੂਤ, ਇਹ ਸਿੰਬਲ
ਅੰਬਰ ਸਿੰਪਲ ਦਰਖਤ ਹੈ ਨਾ, ਕਾਫੀ ਲੱਗੇ ਪੌਦੇ ਛੋਟੇ ਛੋਟੇ, ਜਾਮਨ ਹੈਗਾ, ਤੂਤ ਹੈਗਾ, ਜਾਮਨ, ਅੰਬ, ਕੇਲਾ। ਭਾਜੀ ਨੂੰ ਮੈਂ ਕਿਹਾ, ਮੈਂ ਕਿਹਾ ਆਹ ਜਗ੍ਹਾ ਸਾਰੀ ਖਾਲੀ ਪਈ ਆ ਜਿਹੜੀ, ਆਹ ਜਿਹੜੀ ਸਾਰੀ ਖਾਲੀ, ਸਾਰੀ ਨੂੰ ਵਾਹ ਕੇ ਚੰਗੀ ਤਰ੍ਹਾਂ ਅੱਛੇ ਤਰੀਕੇ ਨਾਲ ਗੋਡੀ ਛੋਡੀ ਕਰਕੇ ਸਬਜ਼ੀਆਂ ਲਾਈਆਂ ਹੋਣ, ਸਬਜ਼ੀ ਲਾ, ਕੇਲੇ ਲੱਗੇ ਹੋਏ ਨੇ। ਉਹ ਵੀ ਕੇਲੇ ਦਰਖਤ ਉਹ ਲੜਕਾ ਉਮਰ ਆ ਵੀ ਉਮਰ ਇੱਧਰ ਆ, ਹੋ ਗਈ ਸਫਾਈ ਤੁਸੀਂ ਕਿੱਥੇ ਕਿੱਥੇ ਦੀ ਕੀਤੀ? ਸਾਰੇ ਦੀ ਕਰ ਲਈ, ਮਸਜਿਦ ਦੀ ਡੇਲੀ ਕਰਦਾ ਮੈਂ ਰੋਜ਼ਾਨਾ ਹੀ, ਮਸਜਿਦ ਦੀ ਦਰਬਾਰ ਦੀ ਰੋਜ਼ਾਨਾ ਕਰਿਆ ਕਰ ਸਕੀ ਦਾ ਦਰਬਾਰ ਰਹਿ ਗਿਆ। ਅੱਛਾ, ਬਾਕੀ ਮੈਂ ਟਾਈਮ ਨਾਲ ਕਰ ਲੈਣਾ, ਅੱਜ ਮਾੜਾ ਲੇਟ, ਨਮਾਜ਼ ਨੂੰ ਪੜ੍ਹਦਾ ਮੈਂ, ਨਮਾਜ਼ ਵੀ ਪੜਿਆ ਕਰ। ਅੱਛਾ, ਕਿੱਥੇ ਮਕਾਨ ਤੇਰਾ ਬਣਾਉਣਾ? ਮਕਾਨ ਸਰਕਾਰ ਵਾਲੇ ਸਾਈਡ ਤੇ ਨਾਲ, ਤੂੰ ਇੱਥੇ ਕਰਨਾ? ਇੱਥੇ ਸਰਕਾਰ ਦਰਬਾਰ ਦੀ ਜਗ੍ਹਾ ਛੱਡਤੀ ਵੱਡੇ ਬਾਬੇ ਜੀ। ਅੱਛਾ, ਚਲੋ ਜੀ, ਆ ਉਮਰ ਆ, ਇਹ ਬੱਚਾ ਹੁੰਦਾ ਆਪਣਾ ਇੱਥੇ ਦਰਬਾਰ ਦੀ ਮਸਜਿਦ ਦੀ ਸਫਾਈ ਸੀ ਕਰਦਾ, ਇਹ ਜਗ੍ਹਾ ਛੱਡੀ, ਇੱਥੇ ਮਕਾਨ ਬਣਾ ਕੇ ਦੇਣਾ ਸੀ ਇਹਨੂੰ, ਇੱਥੇ ਹੀ ਰਹਿੰਦਾ ਸਾਡੇ ਕੋਲ, ਬਰਲੇ ਇੱਕ ਦਰਬਾਰ ਦੀ ਜਗ੍ਹਾ ਛੱਡ ਦਿੱਤੀ ਆ, ਹੁਣ ਉੱਧਰ ਬਣਾ ਕੇ ਦਾਂਗੇ ਇਹਨਾਂ ਨੂੰ, ਜਗ੍ਹਾ ਹੈਗੀ ਆ। ਹਾਂ, ਚਲੋ ਉਹ ਜਿੱਥੇ ਬਾਲਣ ਬੁਲਣ ਰੱਖਿਆ ਹੁੰਦਾ ਉੱਥੇ ਇੱਕ ਦੁਕਾਨ ਬਣਾਉਣੀ, ਲੰਗਰ ਖਾਨਾ ਆ ਜਾਣਾ, ਇੱਥੇ ਮਕਾਨ ਬਣਾ ਦੇਣਾ, ਉਹ ਪਰਲਾ ਫਿਰ ਹੱਥਾਂ ਮੇਰੇ ਕੋਲ ਆ ਜੂ। ਠੀਕ ਹੋ ਜਾਣਗੇ, ਉਹ ਪਰਲਾ ਜਿਹੜਾ ਜਿੱਥੇ ਨਲਕਾ ਲੱਗਾ ਨਾ, ਆ ਜਿੱਥੇ ਨਲਕਾ ਲੱਗਾ ਨਾ, ਇੱਥੋਂ ਕੱਢ ਦਿਆਂਗੇ ਦਰਵਾਜ਼ਾ ਇਹਨੂੰ। ਅੱਛਾ, ਕਮਰਾ ਬਣਾ ਕੇ ਦਰਵਾਜ਼ਾ ਐਨ ਕੱਢ ਦਿੰਦੇ, ਲੰਗਰ ਖਾਨੇ ਦਾ ਦਰਵਾਜ਼ਾ ਐਨ ਹੋਇਆ। ਚਲੋ, ਆ ਬੋਰਡ ਆ ਜੀ, ਬਹੁਤ ਪੁਰਾਣਾ, ਉਹ ਮਸਜਿਦ ਨਹੀਂ ਸਹੀ ਹੈ, ਸਹੀ ਹੈ, ਮਲੰਗ ਆਣ ਕੇ ਮਾਰਦਾ ਸੀ, ਫਿਰ ਨਹੀਂ ਉਸ ਵੇਲੇ ਮੈਂ ਜਾਗਦਾ ਹੁੰਦਾ, ਉਹਨੇ ਸਭ ਤੋਂ ਪਹਿਲਾਂ ਆਣ ਕੇ ਨੜਕੇ ਧਨਾਉਣਾ ਹੁੰਦਾ। ਅੱਛਾ, ਉਹ 2:30 ਵਜੇ ਇੱਥੇ ਆ ਜਾਂਦਾ, ਤੇ 2:30 ਅੰਦਰ ਘਰ ਲੋ ਜਨਾਬ, ਐਸੀ ਅੱਜ ਦੀ ਵੀਡੀਓ ਜਨਾਬ ਜਿਹੜੀ ਤੁਹਾਨੂੰ ਮੈਂ ਸ਼ੇਅਰ ਕੀਤੀ ਹੈ, ਅਗਰ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਵੀ ਕਰਿਓ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।